ਤੇ ਮਾਤਾ ਗੁਜਰ ਕੌਰ ਜੀ ਬੜੇ ਪਿਆਰ ਨਾਲ ਕਹਿੰਦੇ ਬੇਟਾ ਸਾਨੂੰ ਇੱਕ ਰਾਤ ਸ਼ਾਨ ਵਿੱਚ गुज़ार ਲੈਣ ਦਿਓਗੇ ਇੱਕ ਵਾਰ ਸੋਚਿਓ ਤੁਸੀਂ ਮਹੱਲਾ ਚ ਸੌਣ ਵਾਲੇ ਮਾਤਾ ਗੁਜਰ ਕੌਰ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹਜ਼ਾਰਾਂ ਸਿੱਖ ਪਿਆਰ ਦੇਣ ਵਾਲੇ ਹਣ ਤੇ ਅੱਜ ਇੱਕ ਸ਼ਾਨ ਵਾਲੇ ਨੂੰ ਜਾ ਕੇ ਕਹਿਣ ਬੇਟਾ ਇੱਕ ਰਾਤ ਸ਼ਾਨ ਵਿੱਚ गुज़ार ਲੈਣ ਦਿਓਗੇ ਉਹ ਕੌਣ ਹੈ ਸ਼ਾਨ ਵਾਲਾ ਉਹ ਕੁੰਮਾ ਮਾਸ਼ਕੀ ਹੈ ਇਕਰੀਮ ਬਖਸ਼ ਇਹਦਾ ਨਾਮ ਸੀ ਕ੍ਰੀਮ ਚੰਦ ਦਾ ਪਹਿਲਾ ਨਾਮ ਸੀ ਇਹ ਹਿੰਦੂ ਸੀ ਬੇਸਕ ਤੌਰ ਤੇ ਜਦੋਂ ਠੇ ਕ੍ਰੀਮ ਚੰਦ ਸੀ ਪਰ ਜਦੋਂ ਅਤਿਆਚਾਰ ਔਰੰਗਜ਼ੇਬ ਨੇ ਕੀਤਾ ਤੇ ਇਹਨੂੰ ਵੀ ਮੁਸਲਮਾਨ ਬਣਾ ਦਿੱਤਾ ਗਿਆ ਇਹ ਸਰਸਾ ਨਦੀ ਜਿੱਥੇ ਆਣ ਕੇ ਸਤਲੁਜ ਵਿੱਚ ਪੈਂਦੀ ਹੈ ਉਹਦੇ ਕੰਢੇ ਤੇ ਇਹਦਾ ਆਪਣਾ ਇਹਦੀ ਬੇੜੀ ਸੀ ਉਹ ਬੇੜੀ ਐਡੀ ਛੋਟੀ ਨਹੀਂ ਸੀ ਇਤਿਹਾਸਕਾਰ ਲਿਖਦੇ ਨੇ 50 ਬੰਦੇ ਉਸ ਬੇੜੀ ਵਿੱਚ ਇੱਕਦਮ ਇੱਕ ਵਾਰ ਸਫ਼ਰ ਕਰ ਸਕਦੇ ਸੀ ਜਿਸ ਬੇੜੀ ਨੂੰ ਇਹ ਚਲਾਉਂਦਾ ਸੀ ਜਦੋਂ ਆਪਣੀ ਛਣ ਵਿੱਚ ਦੇ ਬਾਹਰ ਵੇਖਿਆ ਕਿ ਇੱਕ ਬਜ਼ੁਰਗ ਮਾਤਾ ਨਾਲ ਦੋ ਬਾਲ ਨੇ ਉਹਨਾਂ ਅੰਦਰ ਬਿਠਾਇਆ ਤੇ ਬੜੇ ਪਿਆਰ ਨਾਲ ਪੁੱਛਿਆ ਤੁਸੀਂ ਕੌਣ ਤੇ ਕਿੱਥੋਂ ਆਏ ਜੀ ਹੁਣ ਜਦੋਂ 베ੜੀ ਤੋਂ ਆਰ-ਪਰ ਲਗਾਉਂਦਾ ਸੀ ਤੇ ਅਨੰਦਪੁਰ ਸਾਹਿਬ ਨੂੰ ਸੰਗਤਾਂ ਜਾਂਦੀਆਂ ਸੀ ਤੇ ਜਾਣ ਪਛਾਣ ਤੇ ਹੈਗੀ ਸੀ ਵੀ ਅਨੰਦਪੁਰ ਸਾਹਿਬ ਕੌਣ ਨੇ ਗੁਰੂ ਸਾਹਿਬ ਕੀ ਕਰਦੇ ਨੇ ਸਾਰਾ ਕੁਝ ਪਤਾ ਸੀ ਉਹਨੂੰ ਪਰ ਜਦੋਂ ਅੱਜ ਪੁੱਛਿਆ ਤੁਸੀਂ ਕੌਣ ਤੇ ਮਾਤਾ ਗੁਜਰ ਕੌਰ ਜੀ ਕਹਿੰਦੇ ਬੇਟਾ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਮਾਂ ਹਾਂ ਇਹ ਦੋਨੋਂ ਸਾਹਿਬ ਜਾਦੇ ਉਹਨਾਂ ਦੇ ਨੇ ਇਦਾਂ ਘੁੱਟ ਕੇ ਚਰਨ ਫੜਲੇ ਕੁੰਮੇ ਮਾਸਕੀ ਨੇ ਕਹਿੰਦਾ ਸਾਡੇ ਬਦਲੇ ਕਿਉਂਕਿ ਉਹ ਸਤਾਇਆ ਸੀ ਨਾ ਉਸੇ ਜ਼ੁਲਮ ਦਾ ਵੀ ਸਾਡੇ ਬਦਲੇ ਆ ਹਾਲਾਤ ਤੁਹਾਡੇ ਪੱਪਾ ਮਾਰ ਕੇ ਰੋਇਆ ਕੁੰਮਾ ਮਾਸਕੀ ਚੀਕਾਂ ਨਿਕਲ ਗਈਆਂ ਉਹਦੀਆਂ ਜੋ ਉਹਦੇ ਕੋਲ ਸੀ ਮਾੜਾ ਮੋਟ ਗਰਮ ਕੱਪੜਾ ਦਿੱਤਾ ਉਹਨੇ ਵੇਖਿਆ ਆਸੇ ਪਾਸੇ ਕੁਝ ਖਾਣ ਨੂੰ ਹੈ ਨਹੀਂ ਲੱਭਾ ਆਪਣੇ ਪਿੰਡ ਗਿਆ ਆਵਾਨ ਕੋਟ ਉਹਦਾ ਪਿੰਡ ਸੀ ਉਸ ਪਿੰਡ ਵਿੱਚ ਇੱਕ ਮਾਈ ਸੀ ਜਿਸ ਦਾ ਨਾਂ ਸੀ ਮਾਤਾ ਲక్ష్ਮੀ ਉਹਦਾ ਵੀ ਪਤੀ ਚੜਾਈ ਕਰ ਚੁੱਕਾ ਸੀ Hindu ਪਰਿਵਾਰ ਦੀ ਬੀਬੀ ਸੀ ਮੈਂ ਪਹਿਲਾਂ ਬੇਨਤੀ ਕਰਦਾ ਸਾਰੇ Hindu ਮਾੜੇ ਨਹੀਂ ਸਾਰੇ ਮੁਸਲਮਾਨ ਮਾੜੇ ਨਹੀਂ ਕਰਦਾਰ ਚੇਤਾ ਰੱਖਣਾ ਕਿਹਨੇ ਕਿੱਥੇ ਕਿਹਦੇ ਨਾਲ ਪਰਪਕਾਰ ਕੀਤਾ ਤੇ ਕਿਹਨੇ ਕਿਹਦੇ ਨਾਲ ਗਦਾਰੀ ਕੀਤੀ ਹੈ ਇਹ ਚੇਤਾ ਰੱਖਣਾ ਬਸ ਆਪਾਂ 84 ਚ ਵੀ 84 ਚ ਦਿੱਲੀ ਵਿੱਚ ਬਹੁਤ ਪਰਿਵਾਰਾਂ ਨੂੰ Hindu ਵੀਰਾਂ ਨੇ ਆਪਣੇ ਘਰ ਰੱਖ ਕੇ ਸਿੱਖਾਂ ਨੂੰ ਬਚਾਇਆ ਵੀ ਹੈ ਮੁਸਲਮਾਨ ਵੀਰਾਂ ਨੇ ਕਈਆਂ ਨੇ ਹੈਲਪ ਵੀ ਕੀਤੀ ਹੈ ਤੇ ਕਈਆਂ ਨੇ ਫੜ ਫੜ ਕੇ ਗਲਾਂ 'ਚ ਤੈਰ ਵੀ ਪਾਏ ਨੇ ਇਹ ਵੀ ਚੇਤਾ ਰੱਖਣਾ ਆਪਾਂ ਇਹ ਤੇ ਕਰਦਾਰ ਚੇਤਾ ਰੱਖਣਾ ਪਵੇਗਾ ਨਾ ਸਾਨੂੰ ਕਿੱਥੇ ਕਹਿੰਦੇ ਨੁਕਸਾਨ ਕੀਤਾ ਕਿੱਥੇ ਕਈਆਂ ਪੱਗਾਂ ਵਾਲਿਆਂ ਨੇ ਵੀ ਗਦਾਰੀਆਂ ਕੀਤੀਆਂ ਨੇ ਇਹ ਵੀ ਚੇਤਾ ਰੱਖਣਾ ਪਵੇਗਾ ਆਪਣੇ ਭਰਾਵਾਂ ਦੀਆਂ ਲਾਸ਼ਾਂ ਤੇ ਪੈਰ ਰੱਖ ਕੇ ਵੀ ਬਾਹਰ ਆਏ ਨਹੀਂ ਇਹ ਵੀ ਨਹੀਂ ਭੁੱਲਣਾ ਚਾਹੀਦਾ ਆਪਾਂ ਇੱਕ ਤਰਫਾ ਨਹੀਂ ਜਾਣਾ ਕਦੇ ਵੀ ਕਾਮਨ ਗੱਲ ਐ ਸਾਂਝੀ ਗੱਲ ਐ ਪਿੰਡ ਵਿੱਚ ਮਾਤਾ ਲక్ష్ਮੀ ਰਹਿੰਦੀ ਐ ਉਹਦੇ ਕੋਲ ਕੁੰਮਾ ਮਾਸ਼ਕੀ ਫੱਜਾ ਫੱਜਾ ਗਿਆ ਦਰਵਾਜ਼ਾ ਖੜਕਾਇਆ ਰਾਤ ਪੈ ਚੁੱਕੀ ਐ ਹਾਂ ਕੀ ਗੱਲ ਐ ਕੁੰਮਿਆ ਇਸ ਵੇਲੇ ਪ੍ਰਸ਼ਾਦਾ ਤਿਆਰ ਕਰੋ ਹੁਣ ਬੀਬੀ ਲక్ష్ਮੀ ਨੇ ਕਿਹਾ ਕੌਣ ਆਇਆ ਇਸ ਵੇਲੇ ਉਹਨੇ ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਮਾਤਾ ਜੀ ਤੇ ਉਹਨਾਂ ਦੇ ਸਭ ਜਾਦੇ ਮੇਰੀ ਸ਼ਾਨ ਵਿੱਚ ਨੇ ਮੈਂ ਉਹਨਾਂ ਵਾਸਤੇ ਪ੍ਰਸ਼ਾਦਾ ਲੈਣ ਆਇਆ ਸੋਚ ਕੇ ਵੇਖੋ ਇੱਕ ਵਾਰ ਮਾਤਾ ਲక్ష్ਮੀ ਆਪਣੇ ਆਪ ਨੂੰ ਕਿੰਨੀ ਭਾਗਾ ਵਾਲੀ ਸਮਝਦੀ ਹੋਏਗੀ ਵੀ ਇਹਨੂੰ ਮੌਕਾ ਮਿਲਿਆ ਮੈਂ ਆਪਣੇ ਹੱਥੀ ਪ੍ਰਸ਼ਾਦਾ ਤਿਆਰ ਕਰਾਂਗੀ ਮਾਤਾ ਗੁਜਰ ਕੌਰ ਵਾਸਤੇ ਆਂਦੀ ਕੁਮਿਆ ਸਵੇਰੇ ਤੂੰ ਨਾ ਆਈ ਮੈਂ ਪ੍ਰਸ਼ਾਦਾ ਲੈ ਕੇ ਆਵਾਂਗੀ ਉਥੇ ਇਹ ਸੱਤ ਪੋਦੀ ਰਾਤ ਹੈ ਜੀ ਅੱਠ ਪੋਦਾ ਦਿਨ ਸ਼ੁਰੂ ਹੋਇਆ ਤੇ ਮਾਤਾ ਲక్ష్ਮੀ ਆਪਣੇ ਹੱਥੀ ਪ੍ਰਸ਼ਾਦਾ ਤਿਆਰ ਕਰਕੇ ਸਵੇਰੇ ਫਿਰ ਰਾਤ ਭੇਜ ਦਿੱਤਾ ਕੁੰਮੇ ਦੇ ਹੱਥ ਸਵੇਰੇ ਫੇ ਲੈ ਕੇ ਆਈ ਸਿਰ ਪ੍ਰਸ਼ਾਦਾ ਲੈ ਕੇ ਪਹੁੰਚ ਗਈ ਕੁੰਮੇ ਨੇ ਸ਼ੱਕਿਆ ਬਾਬੇ ਕੁੰਮੇ ਨੇ ਸ਼ੱਕਿਆ ਸਭ ਜਾਦਿਆਂ ਨੇ ਮਾਤਾ ਗੁਜਰਕੌਰ ਜੀ ਨੇ ਪ੍ਰਸ਼ਾਦ ਪਾਣੀ ਸ਼ੱਕਿਆ